ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਟੈਟ ਬਜ਼ਰ ਅਕੈਡਮੀ ਦੇ ਇਸ ਆਨਲਾਈਨ ਪਲੇਟਫਾਰਮ ਪਰ। ਮੈਂ ਸਾਇਨ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਬੱਚੇ। ਸੋ ਗਾਈਜ਼, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪ੍ਰਤੀ ਦਿਨ ਕਿਸੇ ਨਾ ਕਿਸੇ ਯੁੱਧ ਬਾਰੇ, ਕਿਸੇ ਨਾ ਕਿਸੇ ਮੁਹਿੰਮ ਬਾਰੇ ਡਿਸਕਸ ਕਰਦੇ ਹਾਂ। ਇਸ ਤੋਂ ਪਹਿਲਾਂ ਬੱਚੇ ਅਸੀਂ 24 ਸੈਸ਼ਨ ਲਾ ਚੁੱਕੇ ਹਾਂ। ਅੱਜ ਦਾ ਜੋ ਸਾਡਾ ਸੈਸ਼ਨ ਰਹਿਣ ਵਾਲਾ ਹੈ, ਇਹ ਬੱਚੇ 25 ਨੰਬਰ ਦਾ ਸੈਸ਼ਨ ਰਹਿਣ ਵਾਲਾ। ਜੇਕਰ ਗੱਲ ਕਰੀਏ ਕਿੱਥੋਂ ਸਟਾਰਟ ਕੀਤਾ ਸੀ ਇਹ ਕਾਰਵਾ, ਤਾਂ ਅਸੀਂ ਬੱਚੇ ਰਿਗਵੇਦ ਦੇ ਵਿੱਚ ਦਿੱਤੇ ਗਏ ਦਸਰਾਜ ਯੁੱਧ ਤੋਂ ਸ਼ੁਰੂ ਕੀਤਾ ਸੀਗਾ। ਲਾਸਟ ਟਾਈਮ ਜਿਹੜਾ ਕੀਤਾ ਸੀਗਾ ਬੱਚੇ, ਉਹ ਕਿਤੇ ਨਾ ਕਿਤੇ ਚਤੋੜ ਅਭਿਆਨ ਬਾਰੇ ਗੱਲਬਾਤ ਕੀਤੀ ਸੀਗੀ ਕਿ ਕਿਸ ਤਰੀਕੇ ਦੇ ਨਾਲ ਅਕਬਰ ਦੇ ਦੁਆਰਾ ਕੀ ਕੀਤਾ ਗਿਆ ਸੀਗਾ ਚਿਤੌੜ ਦੇ ਮਹਾਰਾਣਾ ਪ੍ਰਤਾਪ ਦੇ ਖਿਲਾਫ, ਕਿਤੇ ਨਾ ਕਿਤੇ ਯੁੱਧ ਕੀਤਾ ਗਿਆ ਸੀਗਾ। ਲਾਸਟ ਟਾਈਮ ਅਸੀਂ ਕਿਹਨੂੰ ਪੜਿਆ ਸੀਗਾ, ਤਾਂ ਚਿਤੌੜ ਅਭਿਆਨ ਦੀ ਗੱਲ ਕੀਤੀ ਸੀ। ਠੀਕ ਹੈ ਬਈ, ਚਿਤੌੜ ਅਭਿਆਨ ਕਦੋਂ ਹੋਇਆ ਸੀਗਾ, ਤਾਂ 1500 ਆਪਾਂ ਕਹਿ ਸਕਦੇ ਹਾਂ 1568-69 ਦੇ ਵਿੱਚ ਹੋਇਆ ਸੀਗਾ। ਠੀਕ ਹੈ ਬਈ, 1568-69 ਦੇ ਵਿੱਚ ਕੀ ਹੋਇਆ ਸੀਗਾ, ਤਾਂ ਚਿਤੌੜ ਅਭਿਆਨ ਹੋਇਆ ਸੀਗਾ। ਇਸ ਦੇ ਵਿੱਚ ਜੇਕਰ ਕਿਸੇ ਨੇ ਸ਼ਹੀਦੀ ਪਾਈ ਸੀਗੀ, ਉਹ ਗੋਰਾ ਤੇ ਬਾਦਲ ਨੇ। ਠੀਕ ਹੈ ਬਈ, ਕਿਸਨੇ ਸ਼ਹੀਦੀ ਪਾਈ ਸੀਗੀ, ਗੋਰਾ ਤੇ ਬਾਦਲ ਦੇ ਦੁਆਰਾ। ਇਸ ਅਭਿਆਨ ਦੇ ਦੌਰਾਨ ਬੱਚੇ ਮਾਨ ਸਿੰਘ ਦੇ ਹੱਥੋਂ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਜਿਹੜੀ ਸੀਗੀ ਸ਼ਹੀਦੀ ਜੋ ਸੀਗੀ ਉਹ ਪਾਈ ਗਈ ਸੀਗੀ। ਇਸ ਤੋਂ ਬਾਅਦ ਦੀਆਂ ਜੇਕਰ ਗੱਲਾਂ ਕਰਦੇ ਹਾਂ ਕਿ 1605 ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਕਬਰ ਦੀ ਕੀ ਹੋ ਜਾਂਦੀ ਹੈ ਬੱਚੇ, ਮੌਤ ਹੋ ਜਾਂਦੀ ਹੈ। ਅਕਬਰ ਜਿਹੜਾ ਸੀਗਾ ਉਹ ਕਿਤੇ ਨਾ ਕਿਤੇ ਕੀ ਹੋ ਜਾਂਦਾ ਹੈ, ਉਸਦਾ ਕੀ ਹੋ ਜਾਂਦਾ ਹੈ, ਪੇਚਸ ਦੀ ਬਿਮਾਰੀ ਦੇ ਕਾਰਨ ਕਿਤੇ ਨਾ ਕਿਤੇ ਦੇਹਾਂਤ ਜੋ ਸੀਗਾ ਬੱਚੇ ਉਹ ਕਦੋਂ ਹੋ ਗਿਆ ਸੀਗਾ, ਤਾਂ 1605 ਦੇ ਵਿੱਚ ਹੋ ਗਿਆ ਸੀਗਾ। 1605 ਦੇ ਵਿੱਚ ਫਿਰ ਰਾਜਾ ਕੌਣ ਬਣਦਾ ਹੈ, ਤਾਂ ਜਹਾਂਗੀਰ ਬੱਚੇ ਜਿਹੜਾ ਸੀਗਾ ਉਹ ਨਵਾਂ ਰਾਜਾ ਬਣਦਾ ਹੈ। ਆਪਾਂ ਕਹਿ ਸਕਦੇ ਹਾਂ 1605 ਤੋਂ ਲੈ ਕੇ 1627 ਤੱਕ ਇਸਨੇ ਕੀ ਕੀਤਾ ਸੀਗਾ, ਰਾਜ ਕੀਤਾ ਸੀਗਾ। 1605 ਦੇ ਵਿੱਚ ਅਕਬਰ ਦੀ ਮੌਤ ਤੋਂ ਬਾਅਦ ਰਾਜਾ ਕੌਣ ਬਣ ਗਿਆ, ਜਹਾਂਗੀਰ ਬਣ ਗਿਆ। ਠੀਕ ਹੈ ਵੀ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਮੇਵਾੜ ਦੇ ਵਿੱਚ ਵੀ ਜੋ ਰਾਣਾ ਪ੍ਰਤਾਪ ਸੀਗਾ ਉਸਦਾ ਕੀ ਹੋ ਜਾਂਦਾ ਹੈ, ਦੇਹਾਂਤ ਹੋ ਜਾਂਦਾ ਹੈ। ਕਦੋਂ ਹੋ ਜਾਂਦਾ ਹੈ, ਤਾਂ 1597 ਦੇ ਵਿੱਚ। 1597 ਦੇ ਵਿੱਚ ਰਾਣਾ ਪ੍ਰਤਾਪ ਦਾ ਕੀ ਹੋ ਗਿਆ ਸੀਗਾ ਬੱਚੇ, ਦੇਹਾਂਤ ਹੋ ਗਿਆ ਸੀਗਾ। 1597 ਦੇ ਵਿੱਚ ਨਵਾਂ ਜਿਹੜਾ ਮੇਵਾੜ ਦਾ ਰਾਣਾ ਬਣਦਾ ਬੱਚੇ, ਕੌਣ ਬਣਦਾ ਹੈ, ਤਾਂ ਅਮਰ ਸਿੰਘ ਬਣਦਾ। ਠੀਕ ਹੈ ਵੀ, ਕੌਣ ਬਣਦਾ ਹੈ, ਅਮਰ ਸਿੰਘ ਜਿਹੜਾ ਸੀਗਾ ਉਹ ਕਿਤੇ ਨਾ ਕਿਤੇ ਮੇਵਾੜ ਦਾ ਨਵਾਂ ਰਾਣਾ ਹੈ ਜਿਹੜਾ ਬੱਚੇ, ਇਸਨੂੰ ਕੀ ਕੀਤਾ ਜਾਂਦਾ ਹੈ, ਥਾਪਿਆ ਜਾਂਦਾ ਹੈ, ਨਵਾਂ ਰਾਜਾ ਜਿਹੜਾ ਸੀਗਾ ਬੱਚੇ ਬਣ ਜਾਂਦਾ। ਰਾਣਾ ਪ੍ਰਤਾਪ ਨੇ ਬੱਚੇ ਮਰਨ ਤੋਂ ਪਹਿਲਾਂ ਇੱਕ ਹੀ ਨਸੀਹਤ ਕਿਹਨੂੰ ਦਿੱਤੀ ਸੀਗੀ, ਅਮਰ ਸਿੰਘ ਨੂੰ ਦਿੱਤੀ ਸੀਗੀ ਵੀ ਸਿਰ ਜਾਵੇ ਤਾਂ ਜਾਵੇ, ਪਰ ਕਿਤੇ ਨਾ ਕਿਤੇ ਮੇਵਾੜ ਜਿਹੜਾ ਹੈ ਉਹ ਮੁਗਲਾਂ ਦੇ ਹੱਥ ਦੇ ਵਿੱਚ ਨਹੀਂ ਜਾਣਾ ਚਾਹੁੰਦਾ, ਨਹੀਂ ਜਾਣਾ ਚਾਹੀਦਾ। ਉੱਧਰ ਜਹਾਂਗੀਰ ਵੀ ਕੀ ਚਾਹੁੰਦਾ ਸੀਗਾ ਕਿ ਹੋਰ ਕੋਈ ਰਾਜ ਪ੍ਰਾਪਤ ਕਰੋ ਨਾ ਕਰੋ, ਕਿਉਂਕਿ ਤਕਰੀਬਨ ਬੱਚੇ ਸਾਰੇ ਰਾਜਪੂਤ ਰਾਜ ਕੀ ਹੋ ਚੁੱਕੇ ਸੀਗੇ, ਮੁਗਲਾਂ ਦੇ ਅੰਡਰ ਹੋ ਚੁੱਕੇ ਸੀਗੇ। ਮਾਤਰ ਬੱਚੇ ਜਿਹੜਾ ਮੇਵਾੜ ਸੀਗਾ ਇਹ ਹਜੇ ਤੱਕ ਮੁਗਲਾਂ ਦੇ ਅੰਡਰ ਨਹੀਂ ਗਿਆ ਸੀਗਾ। ਠੀਕ ਹੈ ਵੀ,
ਇਸੇ ਤਰੀਕੇ ਦੇ ਨਾਲ ਜਹਾਂਗੀਰ ਕੀ ਕਰੇਗਾ ਬੱਚੇ, ਚਿਤੌੜ ਦੇ ਉੱਪਰ ਵਾਰ ਵਾਰ ਹਮਲੇ ਕਰੇਗਾ। ਚਿਤੌੜ ਦੇ ਉੱਪਰ ਅਸੀਂ ਕਹਿ ਸਕਦੇ ਹਾਂ ਅਭਿਆਨ ਕਰੇਗਾ। ਕੌਣ ਅਭਿਆਨ ਕਰੇਗਾ? ਤਾਂ ਜਹਾਂਗੀਰ ਕਰੇਗਾ। ਠੀਕ ਹੈ ਵੀ, ਪਹਿਲਾ ਅਭਿਆਨ ਜੋ ਫਸਟ ਏਸੀ ਮੂਵਮੈਂਟ ਸੀਗੀ ਉਹ ਕਦੋਂ ਹੋਈ ਸੀਗੀ? ਤਾਂ 1606 ਦੇ ਵਿੱਚ। ਠੀਕ ਹੈ ਵੀ, 1606 ਦੇ ਵਿੱਚ ਇਸਨੇ ਕਿਹਨੂੰ ਭੇਜਿਆ ਸੀ? ਤਾਂ ਸ਼ਹਿਜਾਦਾ ਪਰਵੇਜ਼ ਨੂੰ ਭੇਜਿਆ। ਜਾ ਵੀ ਪਰਵੇਜ਼, ਤੈਨੂੰ ਇੱਕੋ ਇੱਕ ਕੰਮ ਸੌਂਪਦੇ ਹਾਂ, ਤੂੰ ਕੀ ਕਰਨਾ? ਕਿਤੇ ਨਾ ਕਿਤੇ ਚਿਤੌੜ ਜਿਹੜਾ ਹੈ ਉਸਨੂੰ ਜਿੱਤਣਾ। 20,000 ਦੇ ਘੋੜ ਸਵਾਰ ਭੇਜਦਾ ਬੱਚੇ। ਕਿੰਨੇ ਘੋੜ ਸਵਾਰ ਤਕਰੀਬਨ ਭੇਜਦੇ ਸੀਗੇ? 20,000 ਦੀ ਘੋੜ ਸਵਾਰ ਸੈਨਾ ਜਿਹੜੀ ਸੀਗੀ ਬੱਚੇ, ਉਹ ਕੀ ਕਰਦਾ? ਕਿਤੇ ਨਾ ਕਿਤੇ ਭੇਜਦਾ ਮਹਾਰਾਣਾ ਪ੍ਰਤਾਪ ਦੇ ਪੁੱਤਰ ਅਮਰ ਸਿੰਘ ਵਰਸਿਸ ਪਰਵੇਜ਼। 1606 ਦੇ ਵਿੱਚ ਬੱਚੇ ਦੇਵਰ ਨਾਮਕ ਸਥਾਨ ਤੇ, ਕਿਹੜੇ ਸਥਾਨ ਤੇ? ਦੇਵਰ ਨਾਮਕ ਸਥਾਨ ਤੇ ਦੋਹਾਂ ਦੇ ਵਿਚਕਾਰ ਭਿਆਨਕ ਯੁੱਧ ਹੁੰਦਾ ਹੈ। ਕਿਤੇ ਨਾ ਕਿਤੇ ਬੱਚੇ ਇਸ ਯੁੱਧ ਦਾ ਕੋਈ ਵੀ ਆਪਾਂ ਕਹਿ ਸਕਦੇ ਹਾਂ ਕੋਈ ਵੀ ਨਤੀਜਾ ਹਜੇ ਨਹੀਂ ਨਿਕਲਿਆ ਸੀਗਾ। ਪਿੱਛੋਂ ਖਬਰ ਕੀ ਆਉਂਦੀ ਹੈ ਕਿ ਖੁਸਰੋ ਨੇ ਵਿਦਰੋਹ ਕਰਤਾ। ਇਸਦਾ ਜਿਹੜਾ ਦੂਸਰਾ ਪੁੱਤਰ ਸੀਗਾ ਖੁਸਰੋ, ਉਸਨੇ ਕੀ ਕਰਤਾ ਸੀਗਾ? ਵਿਦਰੋਹ ਕਰਤਾ। ਹਜੇ ਸੈਨਾਵਾਂ ਇੱਧਰ ਲੜ ਰਹੀਆਂ ਸੀਗੀਆਂ, ਇਸਨੂੰ ਕੀ ਕੀਤਾ ਗਿਆ? ਸੈਨਾਵਾਂ ਨੂੰ ਕੀ ਸੀਗਾ ਬੱਚੇ? ਵਾਪਸ ਕਿੱਥੇ ਸੱਦ ਲਿਆ ਗਿਆ ਸੀਗਾ? ਤਾਂ ਆਪਣੇ ਕਹਿ ਸਕਦੇ ਹਾਂ ਦਿੱਲੀ ਜਾਂ ਆਗਰਾ ਬੱਚੇ ਸੈਨਾਵਾਂ ਨੂੰ ਵਾਪਸ ਸੱਦ ਲਿਆ। ਤਾਂ ਕਈ ਵਾਰ ਇਹ ਵਾਲਾ ਕੁਸ਼ਚਨ ਪੁੱਛ ਲਿਆ ਜਾਂਦਾ ਹੈ ਕਿ ਚਿਤੌੜ ਦੇ ਜਹਾਂਗੀਰ ਦੇ ਪਹਿਲੇ ਅਭਿਆਨ ਦੇ ਦੌਰਾਨ ਇਸਨੂੰ ਵਾਪਸ ਕਿਉਂ ਸੱਦਿਆ ਗਿਆ ਸੀਗਾ? ਤਾਂ ਖੁਸਰੋ ਦੇ ਦੁਆਰਾ ਬੱਚੇ ਕੀ ਕਰਨ ਤੇ? ਵਿਦਰੋਹ ਕਰਨ ਤੇ। ਕਿਤੇ ਨਾ ਕਿਤੇ ਇਸ ਸੈਨਾ ਨੂੰ ਵਾਪਸ ਜਿਹੜਾ ਸੀਗਾ ਬੱਚੇ ਉਹ ਸੱਦ ਲਿਆ ਗਿਆ। ਠੀਕ ਹੈ ਵੀ, ਕਦੋਂ ਗਈ ਸੀਗੀ ਸੈਨਾ? ਤਾਂ 1606 ਦੇ ਵਿੱਚ ਗਈ ਸੀਗੀ। ਹੁਣ ਬੱਚੇ ਪੂਰੇ 2 ਸਾਲ ਬਾਅਦ, ਠੀਕ ਹੈ, ਆਪਾਂ ਜਦੋਂ ਗੱਲ ਕਰਦੇ ਹਾਂ ਸੈਕਿੰਡ ਅਭਿਆਨ ਦੀ, ਠੀਕ ਹੈ ਵੀ, ਸੈਕਿੰਡ ਅਭਿਆਨ ਕਦੋਂ ਕੀਤਾ ਗਿਆ? ਤਾਂ 1608 ਦੇ ਵਿੱਚ। ਕਿਸਦੀ ਅੰਡਰ ਸੈਨਾ ਭੇਜੀ ਗਈ? ਤਾਂ ਮਹਾਵਤ ਖਾਂ ਦੇ। ਠੀਕ ਹੈ ਵੀ, ਸੈਨਾਪਤੀ ਕੌਣ ਸੀਗਾ ਸੈਕਿੰਡ ਅਭਿਆਨ ਦਾ? ਤਾਂ ਅਸੀਂ ਕਹਿ ਸਕਦੇ ਹਾਂ ਜੋ ਮਹਾਵਤ ਖਾਂ ਸੀਗਾ ਬੱਚੇ, ਇਸਨੂੰ ਭੇਜਿਆ ਗਿਆ। ਇਹਨੂੰ 12,000 ਘੋੜ ਸਵਾਰ ਦਿੱਤੇ ਗਏ। ਠੀਕ ਹੈ ਵੀ, ਜਾ ਲੈ ਜਾ ਘੋੜ ਸਵਾਰ ਲੈ ਜਾ। ਕਿੰਨੇ ਘੋੜ ਸਵਾਰ ਲੈ ਜਾ? ਤਾਂ 12,000 ਦੇ ਕਰੀਬ ਜਿਹੜਾ ਸੀਗਾ ਇਸਨੂੰ ਘੋੜ ਸਵਾਰ ਦਿੱਤੇ ਗਏ। 500 ਅਹਾਦੀ ਸੈਨਿਕ ਦਿੱਤੇ ਗਏ। ਠੀਕ ਹੈ ਵੀ, 500 ਅਹਾਦੀ ਸੈਨਿਕ ਦਿੱਤੇ ਗਏ, 60 ਬੱਚੇ ਹਾਥੀ ਦਿੱਤੇ ਗਏ, 500 ਬੰਦੂਕਚੀ ਦਿੱਤੇ ਗਏ। ਠੀਕ ਹੈ, ਕੋਈ ਵੀ ਤਰੀਕਾ ਕਿਸੇ ਵੀ ਤਰੀਕੇ ਦੇ ਨਾਲ ਜੇਕਰ ਮੇਵਾੜ ਨੂੰ ਅੰਡਰ ਕੀਤਾ ਜਾ ਸਕਦਾ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ? ਮੇਵਾੜ ਨੂੰ ਕਿਵੇਂ ਨਾ ਕਿਵੇਂ ਤੁਸੀਂ ਬੱਚੇ ਆਪਣੇ ਅੰਡਰ ਕਰੋ, ਬਾਏ ਹੁੱਕ ਕਰੋ, ਬਾਏ ਕਰੁੱਕ ਕਰੋ। ਸਹੀ ਜਾਂ ਗਲਤ ਜਿਹੜਾ ਵੀ ਤਰੀਕਾ ਲੱਗਦਾ ਹੈ ਉਸੇ ਤਰੀਕੇ ਦੇ ਨਾਲ ਬੱਚੇ ਕਿਤੇ ਨਾ ਕਿਤੇ ਮੇਵਾੜ ਕੀ ਕਰਨਾ ਹੈ? ਅੰਡਰ ਕਰਨਾ ਹੈ। ਪਰ ਬੱਚੇ ਜਿਹੜੇ ਮੇਵਾੜ ਵਾਲੇ ਸੀਗੇ, ਮੇਵਾੜ ਦੇ ਜੋ ਸੈਨਿਕ ਸੀਗੇ, ਉਹਨਾਂ ਨੇ ਕਿਹੜੀ? ਤਾਂ ਛਾਪਾ ਮਾਰ ਯੁੱਧ ਪ੍ਰਣਾਲੀ। ਠੀਕ ਹੈ ਵੀ, ਛਾਪਾ ਮਾਰ ਯੁੱਧ ਪ੍ਰਣਾਲੀ ਜਾਂ ਫਿਰ ਇਸਨੂੰ ਗੁਰੀਲਾ ਯੁੱਧ ਪ੍ਰਣਾਲੀ ਕਹਿ ਦਿੰਦੇ ਆ। ਇਸੇ ਪ੍ਰਣਾਲੀ ਦੇ ਤਹਿਤ ਬੱਚੇ ਇਹਨਾਂ ਨੂੰ ਕਿਤੇ ਨਾ ਕਿਤੇ ਕਿਸੇ ਪ੍ਰਕਾਰ ਦੀ ਕੋਈ ਵੀ ਸਫਲਤਾ ਹਾਸਲ ਨਹੀਂ ਕੀਤੀ ਗਈ। ਮਹਾਵਤ ਖਾਂ ਨੂੰ ਕੀ ਕੀਤਾ ਗਿਆ ਬੱਚੇ? ਚੇਂਜ ਕੀਤਾ ਗਿਆ। ਉਹਦੀ ਥਾਂ ਤੇ ਆਪਾਂ ਕਹਿ ਸਕਦੇ ਹਾਂ ਹੋਰ ਬਹੁਤ ਸਾਰੇ
ਲੋਕਾਂ ਨੂੰ ਭੇਜਿਆ ਗਿਆ ਜਿਵੇਂ ਕਿ ਅਬਦੁੱਲਾ ਨੂੰ, ਠੀਕ ਹੈ, ਬਾਅਦ ਦੇ ਵਿੱਚ ਅਬਦੁੱਲਾ ਨੂੰ ਭੇਜਿਆ ਗਿਆ, ਜਾ ਓਏ ਮੁਹੱਬਤ ਖਾਂ ਤੋਂ, ਮੁਹੱਬਤ ਖਾਂ ਤੋਂ ਕੁਛ ਨੀ ਬਣਿਆ, ਤੂੰ ਜਾ ਕੇ ਕੁਛ ਨਾ ਕੁਛ ਆਪਣੇ ਜ਼ੋਰ ਵਿਖਾ। ਰਾਜਾ ਬਸੂ ਨੂੰ ਭੇਜਿਆ ਗਿਆ, ਠੀਕ ਹੈ। ਪਰ ਬੱਚੇ ਫਿਰ ਵੀ ਇਹਨਾਂ ਦੇ ਜਾਣ ਦੇ ਨਾਲ ਵੀ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿਸੇ ਪ੍ਰਕਾਰ ਦੀ ਸਫਲਤਾ ਜੋ ਸੀਗੀ ਉਹ ਇਹਨਾਂ ਦੇ ਹੱਥ ਨਹੀਂ ਲੱਗੀ ਸੀਗੀ। ਆਪਾਂ ਕਹਿ ਸਕਦੇ ਹਾਂ ਤੀਸਰਾ ਤੇ ਲਾਸਟ, ਠੀਕ ਹੈ ਵੀ, ਤੀਸਰਾ ਤੇ ਜੋ ਲਾਸਟ ਸੀਗਾ, ਤੀਸਰਾ ਅਭਿਆਨ ਕਦੋਂ ਭੇਜਿਆ ਗਿਆ ਸੀਗਾ ਤਾਂ ਥਰਡ ਅਭਿਆਨ ਬੱਚੇ 1614-15 ਦੇ ਵਿੱਚ, ਠੀਕ ਹੈ ਵੀ, ਕਦੋਂ ਭੇਜਿਆ ਗਿਆ ਸੀਗਾ, 1614-15 ਦੇ ਵਿੱਚ ਭੇਜਿਆ ਗਿਆ। ਕਿਹਦੇ ਅੰਡਰ ਭੇਜਿਆ ਗਿਆ ਤਾਂ ਸ਼ਹਿਜਾਦਾ ਖੁਰਮ ਦੇ, ਠੀਕ ਹੈ ਵੀ, ਕਿਹਦੇ ਅੰਡਰ, ਖੁਰਮ ਦੇ ਅੰਡਰ ਜੋ ਆਪਾਂ ਕਹਿ ਸਕਦੇ ਹਾਂ ਇਹ ਵਾਲਾ ਅਭਿਆਨ ਜੋ ਸੀਗਾ ਭੇਜਿਆ ਗਿਆ ਸੀਗਾ ਬੱਚੇ। ਜਹਾਂਗੀਰ ਖੁਦ ਜੋ ਸੀਗਾ ਉਹ ਵੀ ਕਿੱਥੇ, ਅਜਮੇਰ ਦੇ ਵਿੱਚ ਬੈਠਦਾ। ਦੋਹਾਂ ਦੇ ਵਿਚਕਾਰ ਬੱਚੇ ਬਹੁਤ ਸਮੇਂ ਤੱਕ ਕਿਸੇ ਪ੍ਰਕਾਰ ਦਾ ਕੋਈ ਵੀ ਨਿਰਣਾਇਕ ਯੁੱਧ ਨਹੀਂ ਹੁੰਦਾ ਦੋਨਾਂ ਦੇ ਵਿੱਚ ਬੱਚੇ। ਆਪਾਂ ਕਹਿ ਸਕਦੇ ਹਾਂ ਕਿ ਦੇਖੋ ਇੱਥੇ ਨਾ ਇਹਨੇ ਇੱਕ ਸਟ੍ਰੈਟਜੀ ਯੂਜ਼ ਕੀਤੀ, ਕਿਹਨੇ ਸਟ੍ਰੈਟਜੀ ਯੂਜ਼ ਕੀਤੀ ਤਾਂ ਖੁਰਮ ਜਿਹੜਾ ਸੀਗਾ ਬੱਚੇ ਇਹ ਸਟ੍ਰੈਟਜੀ ਯੂਜ਼ ਕਰਦਾ ਹੈ ਕਿਵੇਂ ਦੀ। ਪਹਿਲਾਂ ਤਾਂ ਬੱਚੇ ਮੰਨ ਲਓ ਕਿ ਇਹ ਮੇਵਾੜ ਹੈ, ਠੀਕ ਹੈ, ਇਹ ਕੀ ਸੀਗਾ, ਮੇਵਾੜ ਸੀਗਾ। ਇਹਨਾਂ ਨੂੰ ਪਤਾ ਸੀਗਾ ਕਿ ਮੇਵਾੜ ਨੂੰ ਜੇਕਰ ਆਪਾਂ ਕੀ ਕਰਨਾ ਹੈ, ਆਪਣੇ ਅੰਡਰ ਕਰਨਾ ਹੈ ਤਾਂ ਇਹਨੂੰ ਲੁੱਟੋ। ਇੱਥੋਂ ਦੇ ਬੱਚੇ ਪਿੰਡਾਂ ਨੂੰ ਲੁੱਟਿਆ ਗਿਆ, ਠੀਕ ਹੈ, ਮੰਨ ਲਓ ਆਹ ਪਿੰਡ ਲੁੱਟ ਲਿਆ, ਆਹ ਲੁੱਟ ਲਿਆ, ਆਹ ਲੁੱਟ ਲਿਆ। ਜਨਤਾ ਜਿਹੜੀ ਸੀਗੀ ਉਹ ਕੀ ਹੋ ਚੁੱਕੀ ਸੀਗੀ, ਮੁਗਲ ਸੈਨਿਕਾਂ ਤੋਂ ਬਹੁਤ ਜ਼ਿਆਦਾ ਦੁਖੀ ਹੋ ਚੁੱਕੀ ਸੀ। ਨੰਬਰ ਦੋ ਬੱਚੇ ਜਿਹੜਾ ਚਿਤੌੜ ਦਾ ਕਿਲਾ ਸੀਗਾ, ਠੀਕ ਹੈ, ਚਿਤੌੜ ਦੇ ਕਿਲੇ ਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਸੀਗੇ। ਇਸਦਾ ਕੀ ਕਰ ਦਿੱਤਾ ਗਿਆ ਬੱਚੇ, ਪਾਣੀ ਪੂਣੀ ਸਾਰਾ ਕੁਛ ਬੰਦ ਕਰ ਦਿੱਤਾ ਗਿਆ, ਜਿਸਦੇ ਕਰਕੇ ਭੁੱਖ ਤੇ ਪਿਆਸ ਦੇ ਕਾਰਨ, ਠੀਕ ਹੈ ਵੀ, ਭੁੱਖ ਤੇ ਪਿਆਸ ਦੇ ਕਾਰਨ ਬਹੁਤ ਸਾਰੇ ਲੋਕਾਂ ਨੇ ਰਾਣਾ ਅਮਰ ਸਿੰਘ ਦੀ ਕੀ ਕੀਤੀ ਬੱਚੇ, ਅਮਰ ਸਿੰਘ ਦੀ ਕੀ ਕੀਤੀ, ਮਿਹਨਤ ਕੀਤੀ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ। ਦੇਖੋ ਰਾਜਾ ਦੁਖੀ ਹੋ ਜਾਏ ਤਾਂ ਕੋਈ ਗੱਲ ਨਹੀਂ, ਪਰ ਜੇਕਰ ਆਮ ਜਨਤਾ ਦੁਖੀ ਹੋਏਗੀ ਤਾਂ ਉਸਦੇ ਵਾਸਤੇ ਕੀ ਕਰਨਾ ਪਏਗਾ, ਕੋਈ ਨਾ ਕੋਈ ਬਈ ਰਸਤਾ ਲੱਭਣਾ ਪੈਣਾ। ਇਸੇ ਕਰਕੇ ਬੱਚੇ ਜਨਤਾ ਦੇ ਕਹਿਣ ਤੇ ਰਾਜਾ ਅਮਰ ਸਿੰਘ ਨੇ ਕੀ ਕੀਤਾ, ਆਪਣੇ ਦੋ ਪ੍ਰਤੀਨਿਧੀ ਭੇਜੇ। ਕਿਹਨੂੰ ਕਿਹਨੂੰ, ਇੱਕ ਤਾਂ ਬੱਚੇ ਸ਼ੁਭ ਕਰਨ ਨੂੰ, ਇੱਕ ਤਾਂ ਸ਼ੁਭ ਕਰਨ ਨੂੰ ਭੇਜਿਆ ਸੀਗਾ, ਦੂਸਰਾ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਬੱਚੇ ਦੂਸਰਾ ਭੇਜਿਆ ਸੀਗਾ ਹਰੀਦਾਸ ਨੂੰ, ਠੀਕ ਹੈ। ਕਿਹਨੂੰ ਕਿਹਨੂੰ ਭੇਜਿਆ ਸੀਗਾ, ਹਰੀਦਾਸ ਤੇ ਸ਼ੁਭ ਕਰਨ ਨੂੰ ਕਿੱਥੇ ਭੇਜਿਆ, ਬਈ ਇਹ ਭੇਜਿਆ ਗਿਆ ਖੁਰਮ ਦੇ ਕੋਲ, ਬਈ ਜਾਓ ਦੱਸੋ ਕੀ ਕਰਨਾ ਚਾਹੀਦਾ, ਤੁਸੀਂ ਸਾਡੇ ਨਾਲ ਕੀ ਕਰ ਲਓ, ਸਮਝੌਤਾ ਕਰ ਲਓ। ਖੁਰਮ ਕਹਿੰਦਾ ਯਾਰ ਮੈਂ ਕੌਣ ਹੁੰਦਾ ਸਮਝੌਤਾ ਕਰਨ ਵਾਲਾ, ਸਮਝੌਤਾ ਕਰੇਗਾ ਤਾਂ ਮੇਰਾ ਭਾਪਾ ਕਰੇਗਾ ਜਹਾਂਗੀਰ। ਉਹ ਕਿੱਥੇ ਬੈਠਾ ਬਈ, ਕਹਿੰਦੇ ਉਹ ਬੈਠਾ ਹੈ ਅਜਮੇਰ ਦੇ ਵਿੱਚ। ਤਾਂ ਅਜਮੇਰ ਦੇ ਵਿੱਚ ਦੋ ਪ੍ਰਤੀਨਿਧੀ ਕੌਣ ਕੌਣ ਜਾਂਦੇ ਨੇ, ਤਾਂ ਬੱਚੇ ਇੱਕ ਸ਼ੁਭ ਕਰਨ ਜਾਂਦਾ ਹੈ, ਦੂਸਰਾ ਹਰੀਦਾਸ ਜਾਂਦਾ ਹੈ। ਦੋਹੇ ਜਾ ਕੇ ਗੱਲਬਾਤ ਕਰਦੇ ਨੇ ਕਿ ਰਾਣਾ ਕੀ ਕਰਨਾ ਚਾਹੁੰਦੇ ਨੇ, ਰਾਣਾ ਤੁਹਾਡੇ ਨਾਲ ਕਿਤੇ ਨਾ ਕਿਤੇ ਸੰਧੀ ਕਰਨਾ ਚਾਹੁੰਦੇ ਨੇ। ਇਹ ਸੰਧੀ ਕਦੋਂ ਹੁੰਦੀ ਹੈ, ਤਾਂ ਮੇਵਾੜ ਦੀ ਸੰਧੀ ਜਿਹੜੀ ਸੀਗੀ ਬੱਚੇ ਇਹ ਬਹੁਤ ਇੰਪੋਰਟੈਂਟ ਹੈ। ਮੇਵਾੜ ਦੀ ਜੋ ਸੰਧੀ ਸੀਗੀ ਉਹ ਅਸੀਂ ਕਹਿ ਸਕਦੇ ਹਾਂ 1615 ਦੇ ਵਿੱਚ ਕੀਤੀ ਗਈ ਸੀਗੀ। ਮੁਗਲ ਬਾਦਸ਼ਾਹ ਜਹਾਂਗੀਰ ਵਰਸਿਸ ਆਪਾਂ ਕਹਿ ਸਕਦੇ ਹਾਂ ਕਿ ਅਮਰ ਸਿੰਘ ਦੇ ਵਿਚਕਾਰ ਹੋਈ ਸੀ,
ਦੇਖੋ ਅਮਰ ਸਿੰਘ ਜਦੋਂ ਬੱਚੇ ਜਹਾਂਗੀਰ ਦੇ ਸਾਹਮਣੇ ਆਇਆ ਨਾ, ਉਸਨੇ ਸਿਰ ਨਹੀਂ ਚੁਕਾਇਆ ਤਾਂ ਕਿਤੇ ਨਾ ਕਿਤੇ ਜਹਾਂਗੀਰ ਕਹਿੰਦਾ ਵੀ ਹਜੇ ਤੱਕ ਤੇਰਾ ਸਿਰ ਨਹੀਂ ਚੁੱਕਿਆ। ਕਹਿੰਦਾ ਸਿਰ ਨਹੀਂ ਚੁੱਕਦਾ, ਮਾਰਨਾ ਤਾਂ ਮਾਰ ਦੇ ਭਵੇਂ। ਸੰਧੀ ਦੇ ਵਿੱਚ ਬੱਚੇ ਬਹੁਤ ਸਾਰੀਆਂ ਸ਼ਰਤਾਂ ਜਿਹੜੀਆਂ ਸੀਗੀਆਂ ਰੱਖੀਆਂ ਗਈਆਂ, ਜਿਹਦੇ ਵਿੱਚ ਇੱਕ ਸ਼ਰਤ ਇਹ ਸੀਗੀ ਕਿ ਅਮਰ ਸਿੰਘ ਦਾ ਪੁੱਤਰ ਕਰਨ ਸਿੰਘ ਕੀ ਕਰੇਗਾ, ਕਰਨ ਸਿੰਘ ਦਰਬਾਰ ਦੇ ਵਿੱਚ ਹਾਜ਼ਰ ਹੋਏਗਾ, ਅਮਰ ਸਿੰਘ ਕਦੇ ਵੀ ਦਰਬਾਰ ਦੇ ਵਿੱਚ ਨਹੀਂ ਆਏਗਾ। ਦੂਸਰੇ ਨੰਬਰ ਤੇ ਕਿਹਾ ਗਿਆ ਕਿ 1000 ਘੋੜ ਸਵਾਰ ਹੀ ਰੱਖ ਸਕਦਾ ਹੈ ਰਾਣਾ ਜਿਹੜਾ ਹੈ। ਅਮਰ ਸਿੰਘ ਕੀ ਕਰੇਗਾ, ਤਕਰੀਬਨ 1000 ਘੋੜ ਸਵਾਰ ਰੱਖੇਗਾ। ਬੱਚੇ ਜਿਹੜਾ ਚਿਤੌੜ ਦਾ ਕਿਲ੍ਹਾ ਹੈ, ਠੀਕ ਹੈ ਵੀ ਕਾਹਦਾ ਕਿਲ੍ਹਾ, ਚਿਤੌੜ ਦੇ ਕਿਲ੍ਹੇ ਦੀ ਨਾ ਤਾਂ ਮੁਰੰਮਤ ਕਰਾਏਗਾ ਨਾ ਹੀ ਕਿਤੇ ਨਾ ਕਿਤੇ ਇਸਦੀ ਨਵੀਂ ਉਸਾਰੀ ਕਰਵਾਏਗਾ। ਕਿਹਾ ਚਲੋ ਠੀਕ ਹੈ। ਕਹਿੰਦਾ ਇੱਕ ਗੱਲ ਅਸੀਂ ਵੀ ਕਹਿੰਦੇ ਹਾਂ, ਠੀਕ ਹੈ, ਕਰਨ ਸਿੰਘ ਹੋਣੀ ਅਮਰ ਸਿੰਘ ਹੋਣੀ ਕਹਿੰਦੇ ਕਿ ਅਸੀਂ ਨਾ ਤਾਂ ਤੁਹਾਡੀ ਕੋਈ ਕੁੜੀ ਲਵਾਂਗੇ, ਰੋਟੀ ਬੇਟੀ ਦੀ ਕਿਸੇ ਪ੍ਰਕਾਰ ਦੀ ਕੋਈ ਸਾਂਝ ਜਿਹੜੀ ਹੈ ਉਹ ਨਹੀਂ ਪਾਈ ਜਾਵੇਗੀ। ਤਾਂ ਬਈ ਇਸ ਤਰੀਕੇ ਦੇ ਨਾਲ ਚਿਤੌੜ ਦੀ ਸੰਧੀ ਕਦੋਂ ਕੀਤੀ ਜਾਂਦੀ ਹੈ, 1615 ਦੇ ਵਿੱਚ ਕੀਤੀ ਜਾਂਦੀ ਹੈ। ਜਹਾਂਗੀਰ ਨੇ ਕਿੰਨੇ ਅਭਿਆਨ ਭੇਜੇ ਸੀਗੇ, 3 ਅਭਿਆਨ ਭੇਜੇ ਸੀਗੇ। ਪਹਿਲਾ ਆਪਾਂ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਸ਼ਹਿਜ਼ਾਦਾ ਪਰਵੇਜ਼ ਦੇ ਅੰਡਰ ਭੇਜਿਆ ਗਿਆ, ਫਿਰ ਮੁਹੰਮਦ ਖਾਨ ਦੇ ਅੰਡਰ ਭੇਜਿਆ ਗਿਆ, ਫਿਰ ਖੁਰਮ ਦੇ ਅੰਡਰ ਭੇਜਿਆ ਗਿਆ। ਖੁਰਮ ਨੂੰ ਬੱਚੇ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਸਫਲਤਾ ਮਿਲੀ, ਜਿਸਦੇ ਕਰਕੇ 1615 ਦੇ ਵਿੱਚ ਮੇਵਾੜ ਦੀ ਸੰਧੀ ਹੁੰਦੀ ਹੈ। ਇਸ ਤਰੀਕੇ ਦੇ ਨਾਲ ਬੱਚੇ ਇਸਦੇ ਨਾਲ ਰਿਲੇਟਡ ਵੀ ਸਾਨੂੰ ਕਈ ਵਾਰ ਕੁਸ਼ਚਨ ਜਿਹੜੇ ਹੈ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਹੈ। ਇੰਪੋਰਟੈਂਟ ਸੀਗਾ, ਇਸੇ ਕਰਕੇ ਕੀਤਾ ਹੈ। ਹੋਰ ਇਸ ਤਰੀਕੇ ਦੀਆਂ ਇਨਫੋਰਮੇਟਿਵ ਵੀਡੀਓ ਦੇਖਣ ਦੇ ਲਈ ਤੁਸੀਂ ਸਾਡਾ ਚੈਨਲ ਟੈਟ ਫਜ਼ਰ ਅਕੈਡਮੀ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਜੇਕਰ ਹਜੇ ਤੱਕ ਕਲਾਸ ਨੂੰ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਵੀ ਦੱਬ ਕੇ ਸ਼ੇਅਰ ਕਰ ਦਿਓ ਜਿੰਨਾ ਜ਼ਿਆਦਾ ਸ਼ੇਅਰ ਹੋ ਸਕਦਾ, ਕਿਉਂਕਿ ਤੁਹਾਡੇ ਵਿਊਜ਼ ਹੋ ਗਏ, ਤੁਹਾਡਾ ਜਿਹੜਾ ਬੱਚੇ ਕਹਿ ਸਕਦੇ ਹਾਂ ਤੁਸੀਂ ਜਿਹੜੇ ਵਧੀਆ ਵਧੀਆ ਕਮੈਂਟ ਕਰਦੇ ਹੋ ਉਹੀ ਸਾਡੇ ਵਾਸਤੇ ਕਿਤੇ ਨਾ ਕਿਤੇ ਮੋਟੀਵੇਸ਼ਨ ਦਾ ਕੰਮ ਕਰਦੇ ਨੇ। ਅੱਜ ਦੇ ਵਾਸਤੇ ਇੰਨਾ ਹੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ, ਮਿਲਦੇ ਹਾਂ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮੱਚ।